ਮੱਖਣ ਸਿੰਘ ਪਿੰਡ ਸਰੀ ਤਹਿਸੀਲ ਨਕੋਦਰ ਡਿਸਟ੍ਰਿਕਟ ਜਲੰਧਰ ਦਾ ਰਹਿਣ ਵਾਲਾ ਹਾਂ 5-6 ਖਤਿਆਂ ਦੀ ਖੇਤੀ ਕਰਦਾ ਹਾਂ ਜਿਸ ਵਿੱਚ ਕਣਕ ਝੋਨਾ ਆਦ ਹੁੰਦਾ ਹੈ ਇਸ ਵਿੱਚ ਮੇਰਾ ਖਰਚਾ ਪੂਰਾ ਨਹੀਂ ਹੋ ਰਿਹਾ ਸੀ ਇਸ ਲਈ ਮੈਂ ਇਸ ਦੇ ਨਾਲ ਸਹਾਇਕ ਧੰਦਾ ਜਾਨਵਰਾਂ ਦਾ ਚਲਾਇਆ ਜਿਸ ਵਿੱਚ ਚਿੜੀਆਂ ਤੋਤੇ ਕਬੂਤਰ ਬਾਤਕਾਂ ਖਰਗੋਸ਼ ਆਦ ਹਨ ਇਸ ਤੋਂ ਬਾਅਦ ਅਸੀਂ ਫਿਰ ਹਵੇਲੀ ਬਣਾਈ ਆ ਜਿਸ ਵਿੱਚ ਪ੍ਰੀ ਵੈਟਿੰਗ ਦਾ ਕੰਮ ਹੁੰਦਾ ਹੈ ਉਸ ਵਿੱਚ ਸਭ ਕੁਝ ਪੁਰਾਣੇ ਖੇਤੀਬਾੜੀ ਦੇ ਸੰਦ ਹਨ ਜਿਵੇਂ ਕਿ ਹਾਲ ਪੁਜਾਲੀ ਸੁਹਾਗਾ ਗੱਡਾ ਸਭ ਕੁਝ ਉਹਦੇ ਵਿੱਚ ਹੈਗੇ ਆ ਇਸ ਤੋਂ ਬਾਅਦ ਫਿਰ ਸਾਡੇ ਕੋਲ ਘਰਾਂ ਦਾ ਪੁਰਾਣਾ ਕਲਚਰ ਵੀ ਹੈਗਾ ਜਿਵੇਂ ਕਿ ਚੱਕੀ ਪੁਰਾਣੇ ਭਾਂਡੇ ਚਿਰਖੇ ਇਹਨਾਂ ਨਾਲ ਅਸੀਂ ਆਪਣਾ ਕਲਚਰ ਚਲਾਉਂਦੇ ਆ ਅੱਜ ਕੱਲ ਅਸੀਂ ਝੋਨਾ ਬੀਜਿਆ ਝੋਨੇ ਦੇ ਸਾਡੇ 4 ਖੇਤ ਹੈਗੇ ਆ ਇਸ ਦੇ ਵਿੱਚ ਕਈ ਬਿਮਾਰੀਆਂ ਵੀ ਲੱਗਦੀਆਂ ਅੱਜਕੱਲ ਉਹਦੇ ਬਾਰੇ ਦਵਾਈ ਸਪਰੇ ਵੀ ਕਰਨੀ ਪੈਂਦੀ ਆ ਝੋਨਾ ਅਸੀਂ 20 ਜੂਨ ਨੂੰ ਲਾਇਆ ਸੀ ਉਹਦੇ ਵਿੱਚ ਪਹਿਲਾਂ ਕਦੂ ਕੀਤਾ ਕਦੂ ਕਣ ਤੋਂ ਬਾਅਦ ਫਿਰ ਉਸੇ ਪਨੀਰੀ ਲਾਈ ਇਸ ਟਾਈਮ ਹੁਣ ਉਸ ਦਾ ਨਿਸਨ ਤੇ ਆਇਆ ਉਹਦੀ ਸਪਰੇ ਕਰਦੇ ਆ ਜਿਵੇਂ ਕਿ ਸਾਡੇ ਕੋਲ ਇਸ ਟਾਈਮ ਅਸੀਂ 110 ਕਿਸਮ ਝੋਨਾ ਲਾਇਆ ਇਹਦੀ ਬਾਡੀ ਨਵੰਬਰ ਚ ਬਾਡੀ ਹੋਊਗੀ ਜੋ ਜਾਈ ਜਾਨਵਰ ਰੱਖੇ ਆ ਪਹਿਲਾਂ ਤਾਂ ਸਾਡਾ ਸ਼ੌਂਕ ਸੀ ਹੁਣ ਅਸੀਂ ਇਹਨੂੰ ਬਿਜ਼ਨਸ ਬਣਾ ਲਿਆ ਐ ਇਸ ਸੈਕ ਤੰਦੇ ਵੱਲੋਂ ਇਹਦਾ ਬਿਜ਼ਨਸ ਬਣ ਰਿਹਾ ਕਿਸੇ ਵਿੱਚ ਅਸੀਂ ਚਿੜੀਆਂ ਕਾਫੀ ਵੇਚੀਆਂ ਕਬੂਤਰ ਕਾਫੀ ਵੇਚਦੇ ਆਂ ਕੁੱਕੜ ਵੇਚਦੇ ਆਂ ਖਰਗੋਸ਼ ਵੇਚਦੇ ਆਂ ਜਿਨ੍ਹਾਂ ਤੋਂ ਸਾਨੂੰ ਕਾਫੀ ਲਾਭ ਹੋ ਰਿਹਾ ਆ ਸਾਨੂੰ ਤਕਰੀਬਨ ਇਹਨਾਂ ਜਾਨਵਰਾਂ ਦਾ ਪਹਿਲਾਂ ਹੀ ਆਰਡਰ ਆਇਆ ਹੁੰਦਾ ਜਿੰਨੀ ਇਹਨਾਂ ਦੀ ਡਿਮਾਂਡ ਆ ਸਾਡੇ ਕੋਲੋਂ ਉਨੀ ਡਿਮਾਂਡ ਨਹੀਂ ਹੁੰਦੀ ਇਹ ਜਾਨਵਰ ਜਿਹੜੇ ਅਸੀਂ ਤਕਰੀਬਨ ਜਾਦਾ ਕਰ ਪਹਿਲਾਂ ਥੋੜੇ ਥੋੜੇ ਮੋਲ ਲੈ ਆਂਦੇ ਸੀ ਫਿਰ ਬਾਹਰੋਂ ਤਾਂ ਅਸੀਂ ਆਪ ਹੀ ਬੱਚੇ ਲੈ ਕੇ ਵਾਧਾ ਕੀਤਾ ਹੁਣ ਅਸੀਂ ਕਾਫੀ ਜਾਨਵਰ ਹੋਏ ਹੋਏ ਸਾਡੇ ਕੋਲ ਜਿਹੜੇ ਅਸੀਂ ਸੇਲ ਕਰਦੇ ਆਂ ਤਕਰੀਬਨ ਜਿੰਨੇ ਜਾਨਵਰ ਆ ਸਾਡੇ ਕੋਲ ਇਹ ਤਕਰੀਬਨ ਪੰਜਾਬ ਦੇ ਹੀ ਆ ਬਾਹਰੋਂ ਤਾਂ ਅਸੀਂ ਕੋਈ ਕਿਤੇੋਂ ਨਹੀਂ ਲਿਆਂਦਾ ਆ ਮੈਂ ਡਾਕਟਰ ਰੋਹਿਤ ਗੁਪਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ કૃषि ਵਿਗਿਆਨ ਕੇਂਦਰ ਮੈਲ ਤੋਂ ਪਸ਼ੂ ਪਾਲਨ ਵਿੱਚ ਜਿਹੜੇ ਡੇਰੀ ਫਾਰਮਿੰਗ ਬੱਕਰੀ ਪਾਲਨ ਸੂਰ ਪਾਲਨ ਤੇ ਮੁਰਗੀ ਪਾਲਨ ਆ ਜਾਂਦਾ ਹੈ ਜਿਨ੍ਹਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਕਰਕੇ ਆਪਾਂ ਇੱਕ ਬਿਜ਼ਨਸ ਮਾਡਲ ਡਵੈਲਪ ਕਰ ਸਕਦੇ ਆਂ ਅਤੇ ਵਧੀਆ ਆਮਦਨੀ ਕਮਾ ਸਕਦੇ ਆਂ ਇਸ ਵਿੱਚ ਆਪਾਂ ਗੱਲ ਕਰਾਂ ਕਿ ਡੇਰੀ ਫਾਰਮਿੰਗ ਦੀ ਤਾਂ ਡੇਰੀ ਫਾਰਮਿੰਗ ਮੇ ਆਪਾਂ ਦੇਖਦੇ ਆਂ ਕਿ ਸਾਰੇ ਕਿਸਾਨ ਵੀਰ ਗਾਂ ਮਜਿ ਪਾਲਦੇ ਆਂ ਲੇਕਿਨ ਆਪਾਂ ਧਿਆਨ ਦੇਣ ਦੀ ਗੱਲ ਇਹ ਹੈ ਕਿ ਆਪਾਂ ਚੰਗੀ ਨਸਲ ਦੀ ਗਾਂ ਮਜ ਦੀ ਵਰਤੋਂ ਕਰੇਂ ਆਪਣੇ ਉੱਥੇ ਖੇਤ ਉੱਤੇ ਜਦੋਂ ਵੀ ਲੇਕ ਤੇ ਗਾਂ ਤੇ ਮਜਾਪਾ ਖਰੀਦਦੇ ਆਂ ਤਾਂ ਇੱਕ ਆਪਾਂ نسل ਦਾ ਜਰੂਰ ਧਿਆਨ ਰੱਖੇ ਜਦੋਂ ਆਪਾਂ ਚੰਗੀ نسل ਲੈ ਕੇ ਆਂਦੇ ਆਂ ਤਾਂ ਉਸਮੈਂ ਬਦਿਆ ਸੇ ਬਦਿਆ ਦੁੱਧ ਉਤਪਾਦਨ ਦੀ ਛਮਤਾ ਹੁੰਦੀ ਹੈ ਉਸਕੇ ਬਾਅਦ ਜਦੋਂ ਆਪਾਂ ਉਹਨਾਂ ਨੂੰ ਇੱਕ ਸੰਤੁਲਿਤ ਤੇ ਸਸਤੀ ਖੁਰਾਕ ਦਿੰਦੇ ਆਂ ਤਬ ਜਾ ਕੇ ਉਹ ਜਿਹੜਾ ਡੰਗਰ ਹੈ ਆਪਣਾ ਉਹ ਵੱਸ ਸੇ ਵੱਧ ਉਤਪਾਦਨ ਦੇ ਸਕਦਾ ਹੈ ਨਾਲੋਂ ਸਾਨੂੰ ਜਦੋਂ ਆਪਾਂ ਸਸਤੀ ਖੁਰਾਕ ਪਾਉਂਦੇ ਆਂ ਤਾਂ ਆਪਾਂ ਦੁੱਸਰੇ ਜਿਆਦਾ ਸੇ ਜਿਆਦਾ ਮੁਨਾਫਾ ਕਮਾ ਸਕਦੇ ਆ ਇਹਨਾਂ ਦੇ ਰਹਿਣ-ਸਹਿਣ ਦੀ ਸਾਨੂੰ ਚੰਗੀ ਵਿਵਸਥਾ ਕਰਨੀ ਚਾਹੀਏ ਤੇ ਇੱਕ ਡੰਗਰ ਨੂੰ ਇੱਕ ਗਾਹ ਮਜਦੀ ਗੱਲ ਕਰਾਂ ਤਾਂ ਲਗਭਗ 50 ਸਕੁਅਰ ਫੀਟ ਦੀ ਥਾਂ ਉਹਨਾਂ ਨੂੰ ਚਾਹੀਏ ਹੁੰਦੀ ਹੈ ਲੋਡ ਹੁੰਦੀ ਹੈ ਤਾਂ ਉਸ ਹਿਸਾਬ ਦੇ ਨਾਲ ਆਪਾਂ ਸੈੱਡ ਦਾ ਨਿਰਮਾਣ ਕਰਾਂ ਜਿਸसे ਉਹ ਚੰਗੀ ਤਰ੍ਹਾਂ ਸਟ੍ਰੈਸ ਫ੍ਰੀ ਵਾਤਾਵਰਣ ਵਿੱਚ ਰਹਿ ਸਕਣ ਔਰ ਬਸੇ ਬਦ ਉਤਪਾਦਨ ਦੇ ਸਕਣ ਇਹਨਾਂ ਦਾ ਜਿਹੜਾ ਆਪਾਂ ਟੀਕਾਕਰਣ ਕਰਦੇ ਆ ਟੀਕਾਕਰਣ ਬਹੁਤ ਜਿਆਦਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਵੀ ਆਪਾਂ ਕੋਈ ਬਿਮਾਰੀ ਸੇ ਬਚਾਅ ਦੀ ਗੱਲ ਕਰਦੇ ਹਾਂ ਕਿਉਂਕਿ ਜਦੋਂ ਕੋਈ ਬਿਮਾਰੀ ਪੈ ਜਾਂਦੀ ਹੈ ਉਹ ਬਿਮਾਰੀ ਡੰਗਰ ਨੂੰ ਵੀ ਖਰਾਬ ਕਰਦੀ ਹੈ ਨਾਲ ਜਦੋਂ ਆਪਾਂ ਉਸ ਦਾ ਇਲਾਜ ਕਰਾਉਂਦੇ ਹਾਂ ਤਾਂ ਇਲਾਜ ਵਿੱਚ ਆਪਾਂ ਬਹੁਤ ਜ਼ਿਆਦਾ ਪੈਸਾ ਵੀ ਬਰਬਾਦ ਹੋ ਜਾਂਦਾ ਹੈ ਤਾਂ ਚੰਗੀ ਗੱਲ ਇਹ ਹੈ ਕਿ ਆਪਾਂ ਸ਼ੁਰੂਆਤੀ ਤੌਰ ਤੇ ਆਪਾਂ ਟੀਕਾਕਰਨ ਦੀ ਵਰਤੋਂ ਕਰੇ ਜਿਹੜੀ ਬਖ ਬਖ ਬਿਮਾਰੀ ਆਉਂਦੀ ਹੈ ਜਿਹੜੀ ਮੂੰਹ ਖੁਰਦੀ ਬਿਮਾਰੀ ਹੋ ਗਈ ਐਚ ਐਚ ਡੀ ਬਿਮਾਰੀ ਹੋ ਗਈ ਪਟ ਸੋਚਦੀ ਬਿਮਾਰੀ ਹੋ ਗਈ ਇਹਨਾਂ ਦੇ ਸਾਰੇ ਦੇ ਟੀਕੇ ਲੱਗਦੇ ਹਨ ਇਨ ਟੀਕੇ ਦੀ ਵਰਤੋਂ ਕਰਕੇ ਆਪਾਂ ਡੰਗਣ ਨੂੰ ਬਿਮਾਰੀ ਤੋਂ ਬਚਾ ਸਕਦੇ ਹਾਂ ਮੇਰਾ ਨਾਮ ਜੋਗਾ ਸਿੰਘ ਜੀ ਪਿੰਡ ਸ੍ਰੀ ਤਸੀਲ ਨਕੋਦਰ ਡਿਸਟ੍ਰਿਕਟ ਜਲੰਧਰ ਮੈਂ ਮੱਖਣ ਸਿੰਘ ਜੀ ਹੋਂ ਦਾ ਲੜਕਾ ਜੋ ਵੀ ਇਹ ਹਵੇਲੀ ਆ ਪਸ਼ੂ ਪੰਛੀ ਆ ਇਹਨਾਂ ਦੀ ਦੇਖ ਰਿਕ ਮੈਂ ਹੀ ਕਰਦਾ ਸਾਡੇ ਕੋਲ ਬੱਕਰੀ ਵੱਖਰੀ ਤਰ੍ਹਾਂ ਦੇ ਜਾਨਵਰ ਨੇ ਬੱਕਰੀ ਵੱਖਰੀਆਂ ਨਸਲਾਂ ਦੇ ਨੇ ਕੁੱਕੜਾਂ ਦੀਆਂ ਸਾਡੇ ਕੋਲ 3-4 ਨਸਲਾਂ ਨੇ ਤੇ ਸਾਡੇ ਕੋਲ ਕੋਕਟੇਲ ਤੋਤਾ ਨਸਲ ਬਜਰੀ ਤੋਤਾ ਨਸਲ ਬਤਕਾਂ ਹੋਰ ਵੀ ਬਹੁਤ ਸਾਰੇ ਜਾਨਵਰ ਜਿਹੜੇ ਸਾਡੇ ਕੋਲ ਹੈਗੇ ਆ ਇਹ ਜੋ ਅਸੀਂ ਕਰ ਰਹੇ ਆ ਇਹ ਸਾਰਾ ਅਸੀਂ ਖੇਤੀਬਾੜੀ ਦੇ ਨਾਲ-ਨਾਲ ਸਾਇਕ ਧੰਦੇ ਵਜੋਂ ਕਰ ਰਹੇ ਆ ਤੇ ਇਹਦੇ ਨਾਲ-ਨਾਲ ਅਸੀਂ ਆਪਣੇ ਕਲਚਰ ਨੂੰ ਵੀ ਸੰਭਾਲ ਰਹੇ ਆ ਸਾਡੇ ਕੋਲ ਖੇਤੀਬਾੜੀ ਵਾਲੇ ਸੰਦ ਨੇ ਉਹ ਸਾਰੇ ਹੈਗੇ ਨਹੀਂ ਜਿਹੜੇ ਕਿ ਕਾਫੀ ਪੁਰਾਣੇ-ਪੁਰਾਣੇ ਨੇ ਵਿਚੋ ਜਿਹੜੇ ਕਿ ਹੁਣ ਅਲੋਪ ਹੀ ਹੋ ਚੁੱਕੇ ਨੇ ਇਸ ਤਰ੍ਹਾਂ ਹੀ ਪੁਰਾਣਾ ਟੰਡਾ ਵਾਲਾ ਖੂਹ ਪੁਰਾਣਾ ਗੱਡਾ ਪੁਰਾਣੇ ਹਾਲ ਜੋ ਕਿ ਬਾਲਦਾਨਾ ਵਹੀ ਜਾਂਦੇ ਸੀਗੇ ਪੁਰਾਣਾ ਟੋਕਾ ਜਿਸ ਨਾਲ ਅਸੀਂ ਪਸ਼ੂਆਂ ਦਾ ਚਾਰਾ ਕੁੱਤਰਦੇ ਸੀ ਤੇ ਪੁਰਾਣਾ ਬੇਲਣਾ ਜਿਸ ਨੂੰ ਕਹਾੜੀ ਵੀ ਕਹਿ ਦਿੰਦੇ ਆ ਜਿਹੜਾ ਬਾਲਦਾਨਾ ਚੱਲਦਾ ਸੀ ਉਹ ਵੀ ਸਾਡੇ ਕੋਲ ਮੌਜੂਦ ਆ ਹੋਰ ਵੀ ਸਾਰੇ ਜਿੰਨੇ ਹਾਲ ਸੁਭਾਗਾ ਜੋ ਕਰਾਹ ਉਹ ਸਾਰੇ ਸੰਦ ਜਿੰਨੇ ਪੁਰਾਣੇ ਉਹ ਸਾਡੇ ਕੋਲ ਨੇ ਘਰੇਲੂ ਘਰਾਂ ਵਿੱਚ ਵਰਤੇ ਜਾਣ ਵਾਲਾ ਸਾਰਾ ਇਹ ਸਮਾਨ ਜਿਹੜਾ ਕਿ ਅੱਜ ਤੋਂ 100 ਸਾਲ ਜਾਂ 50 ਸਾਲ ਪਹਿਲਾਂ ਵਰਤਿਆ ਜਾਂਦਾ ਸੀ ਪੁਰਾਣੀਆਂ ਮਦਾਣੀਆਂ ਪੁਰਾਣੇ ਚਰਖੇ ਸਦੂਕ ਪੁਰਾਣੀਆਂ ਚੱਕੀਆਂ ਹੋਰ ਵੀ ਬਹੁਤ ਸਾਰਾ ਪੁਰਾਣਾ ਕਪਾਹ ਬੀਲਣ ਵਾਲਾ ਬੀਲਣਾ ਤੇ ਉਹਦੇ ਵਿੱਚ ਹੋਰ ਵੀ ਜੰਨਾ ਸਾਡੇ ਕੋਲ ਸਿਗਾ ਪ੍ਰਾਤਨ ਜੋਰ ਜੋ ਕਿ ਅਸੀਂ ਘਰਾਂ ਵਿੱਚ ਤੇ ਖੇਤਾਂ ਵਿੱਚ ਵਰਤਦੇ ਸੀ ਉਹ ਸਾਰੇ ਹੀ ਸਾਡੇ ਕੋਲ ਮੌਜੂਦ ਨੇ ਔਰ ਇਹਦੇ ਨਾਲ ਨਾਲ ਅਸੀਂ ਆਪਣੀ ਖੇਤੀ ਵੀ ਕਰ ਰਹੇ ਹਾਂ ਖੇਤੀ ਕੋਈ ਬਹੁਤ ਜ਼ਿਆਦਾ ਬੱਡੀ ਮਹਿੰਗੀ ਛੋਟੀ ਖੇਤੀ ਹੋਣ ਕਾਰਨ ਹੀ ਅਸੀਂ ਇਹ ਜਿਹੜਾ ਸਹਾਇਕ ਧੰਦਾ ਨਾਲ ਅਪਣਾ ਰਹੇ ਹਾਂ ਇਹਦੇ ਵਿੱਚ ਅਸੀਂ ਘੋੜਿਆਂ ਦਾ ਵੀ ਵਪਾਰ ਕਰਦੇ ਹਾਂ ਪਸ਼ੂਆਂ ਦਾ ਵੀ ਵਪਾਰ ਕਰਦੇ ਹਾਂ ਇਹਨਾਂ ਜਾਨਵਰਾਂ ਨੂੰ ਵੀ ਅਸੀਂ ਵੇਚਦੇ ਹਾਂ ਡੌਗਸ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਵੇਚ ਰਹੇ ਹਾਂ ਤੇ ਇਹਦੇ ਨਾਲ ਨਾਲ ਅਸੀਂ ਜਿਹੜਾ ਖੇਤੀਬਾੜੀ ਵੀ ਕਰ ਰਹੇ ਹਾਂ ਖੇਤੀਬਾੜੀ ਨਾਰਮਲ ਕਣਕ ਝੋਨੇ ਦੀ ਹੈ ਤੇ ਨਾਲ ਨਾਲ ਅਸੀਂ ਕੁਝ ਡੈਰੀ ਦਾ ਵੀ ਕੁਝ ਪਸ਼ੂ ਹੈਗੇ ਆ ਜਿਨ੍ਹਾਂ ਦਾ ਅਸੀਂ ਦੁੱਧ ਪਾ ਰਹੇ ਹਾਂ ਉਹਦਾ ਵੀ ਸਾਨੂੰ ਇਨਕਮ ਹੋ ਜਾਂਦੀ ਆ ਜਿਸ ਨਾਲ ਅਸੀਂ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਆ ਆਮ ਕਿਸਾਨ ਦੇ ਨਾਲੋਂ ਬਿਹਤਰ ਕਿਉਂਕਿ ਖੇਤੀਬਾੜੀ ਤਾਂ ਕੋਈ ਜ਼ਿਆਦਾ ਲਾਹੇਮੰਦ ਤੰਦਾ ਨਹੀਂ ਰਿਹਾ ਔਰ ਕਣਕ ਝੋਨੇ ਦਾ ਖਾਸ ਕਰ ਜਿਹੜਾ ਗੀੜਾ ਇਹਦੇ ਵਿੱਚੋਂ ਨਿਕਲਣ ਦੇ ਲਈ ਸਾਨੂੰ ਜ਼ਰੂਰੀ ਆ ਕਿ ਅਸੀਂ ਕੁਝ ਅਲੱਗ ਕਰੀਏ ਅਲੱਗ ਕਰਨ ਦੇ ਰਾਤੇ ਨਾਲ ਹੀ ਅਸੀਂ ਇਹ ਜਿਹੜਾ ਸਭ ਕੁਝ ਕਰ ਰਹੇ ਆ ਨਾਲ ਸਬਜੀ ਦਾ ਵੀ ਇੱਕ ਜਨ 1.5 ਏਕੜ ਦੇ ਵਿੱਚ ਜ਼ਰੂਰ ਅਸੀਂ ਕਾਸ਼ਤ ਕਰਦੇ ਆ ਜਿਹਦੇ ਨਾਲ ਸਾਨੂੰ ਕਾਫੀ ਫਾਇਦਾ ਹੁੰਦਾ ਹੈ ਔਰ ਨਾਲ ਦੀ ਨਾਲ ਅਸੀਂ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰਦੇ ਆ ਕਲਚਰ ਨੂੰ ਵੀ ਅਸੀਂ ਸੰਭਾਲ ਕੇ ਰੱਖਿਆ ਹੋਇਆ ਹੈ ਜਿਤਨਾ ਵੀ ਪੁਰਾਣਾ ਸਾਡੇ ਕੋਲੇ ਸਾਰਾ ਸਮਾਨ ਪਿਆ ਹੈ ਇਹਨੂੰ ਦੇਖਣ ਲਈ ਸਾਡੇ ਦੂਰ ਦੂਰ ਤੋਂ ਲੋਕ ਐਨਆਰਆਈ ਲੋਕ ਜਿਹੜੇ ਕਿ ਉਹ ਵੀ ਆਉਂਦੇ ਨੇ ਤੇ ਉਹ ਦੇਖ ਕੇ ਬੜੇ ਖੁਸ਼ ਹੁੰਦੇ ਨੇ ਕਿ ਅਸੀਂ ਇਹ ਸਾਰਾ ਕੁਝ ਸੰਭਾਲ ਕੇ ਰੱਖਿਆ ਹੋਇਆ ਹੈ ਇੱਕ ਜਿਹੜਾ ਡੰਗਰ ਹੁੰਦਾ ਉਸਮੈਂ ਮਲਬ ਦੀ ਬੜੀ ਸਮੱਸਿਆ ਆ ਜਾਂਦੀ ਹੈ ਤਾਂ ਉਸ ਨੂੰ ਮਲਬ ਰਹਿਤ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਦੋਂ ਆਪਾਂ ਆਪਣੇ ਡੰਗਰ ਨੂੰ ਹਰ ਇੱਕ ਤੀਜੇ ਮਹੀਨੇ ਮਲਬ ਮਾਰਨ ਦੀ ਦਵਾਈ ਦਿੰਦੇ ਹਨ ਤਾਂ ਉਹ ਮਲਬ ਸਾਰੇ ਖਤਮ ਹੋ ਜਾਂਦੇ ਹਨ ਔਰ ਡੰਗਰ ਦੀ ਗ੍ਰੋਥ ਵਿੱਚ ਵਾਦਾ ਵੀ ਹੁੰਦਾ ਹੈ। ਤੋਂ ਇਨ ਸਾਰੀ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਡੇਰੀ ਫਾਰਮਿੰਗ ਵਿੱਚ ਬਸੇ ਬਦ ਮੁਨਾਫਾ ਕਮਾ ਸਕਦੇ ਹਾਂ। ਦੂਜੀ ਗੱਲ ਆਪਾਂ ਕਰੇ ਬੱਕਰੀ ਪਾਲਨ ਦੀ ਤੇ ਬੱਕਰੀ ਪਾਲਨ ਦਾ ਧੰਦਾ ਵੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਔਰ ਬਹੁਤ ਮੁਨਾਫੇ ਵਾਲਾ ਧੰਦਾ ਹੈ। ਇਸ ਵਿੱਚ ਆਪਾਂ ਜਿਹੜੀ ਪੰਜਾਬ ਦੀ ਬੀਟਲ ਨਸਲ ਦੀ ਵਰਤੋਂ ਕਰਦੇ ਹਾਂ, ਇਹ ਜਿਹੜੀ ਬੀਟਲ ਨਸਲ ਹੈ ਇਸ ਕੋ ਆਪਾਂ ਡੁਅਲ ਪਰਪਸ ਬ੍ਰੀਡ ਬੋਲਦੇ ਹਾਂ। ਡੁਅਲ ਪਰਪਸ ਦਾ ਮਤਲਬ ਹੋ ਗਿਆ ਕਿ ਇਹ ਆਪਾਂ ਦੁੱਧ ਤੇ ਮੀਟ ਦੋਨੋਂ ਵਾਸਤੇ ਆਪਾਂ ਪਾਲ ਸਕਦੇ ਆ ਜਦੋਂ ਆਪਾਂ ਇੱਕ ਬੱਚਾ ਬੀਟਲ ਦਾ ਲੈ ਕੇ ਆਏ ਆ ਤਾਂ ਉਹ ਲਗਭਗ 10 ਸੇ 11 ਮਹੀਨੇ ਵਿੱਚ ਮੈਚੁਰ ਹੋ ਜਾਂਦਾ ਹੈ ਉਹ ਜਿਹੜੀ ਫੀਮੇਲ ਹੈ ਮਾਦਾ ਬકરી ਹੈ ਉਹ ਹੈ ਵਿੱਚ ਆਨੇ ਲੱਗਦੀ ਹੈ ਆਪਾਂ ਉਸ ਨੂੰ ਨਵੇਂ ਦੂਤ ਕਰਾ ਸਕਦੇ ਆ ਆਪਾਂ ਜਦੋਂ ਉਸ ਨੂੰ ਗੱਬਨ ਕਰਾ ਲਿਆ ਉਸ ਦਾ ਗਰਭਧਾਰਨ ਕਾਲ ਲਗਭਗ 5 ਮਹੀਨੇ 5 ਦਿਨ ਹੁੰਦਾ 150 ਦਿਨ ਹੁੰਦਾ ਲਗਭਗ 1.5 ਸਾਲ ਦੀ ਉਮਰ ਵਿੱਚ ਉਹ ਬકરી ਸੂ ਜਾਂਦੀ ਹੈ ਸੂਨ ਤੋਂ ਬਾਅਦ ਇਹ ਬકરી ਦੋ ਬੱਚੇ ਦੇਣ ਦੀ ਦਰ ਇਸ ਦੀ ਬਹੁਤ ਜ਼ਿਆਦਾ ਹੁੰਦੀ ਹੈ। ਲਗਭਗ 2 ਸਾਲਾਂ ਵਿੱਚ ਬકરી 3 ਵਾਰ ਸੂ ਜਾਂਦੀ ਹੈ। 3 ਵਾਰ ਜਦੋਂ ਸੂ ਹੁੰਦੀ ਹੈ ਤਾਂ ਇਸ ਵਿੱਚ ਦੋ ਸੂਏ ਇੱਦਾਂ ਦੇ ਹੁੰਦੇ ਆ ਕਿ ਸਾਨੂੰ ਦੋ ਬੱਚੇ ਇੱਕ ਸੂਏ ਵਿੱਚ ਦੋ ਬੱਚੇ ਮਿਲ ਜਾਂਦੇ ਆ। ਤਾਂ ਇਸ ਕਰਕੇ ਬکریاں ਬકરી ਦਾ ਵੀ ਕੰਮ ਕੀਤਾ ਜਾ ਸਕਦਾ ਹੈ। ਬકરી ਦੀ ਜਿਹੜੀ ਲੋਡ ਹੈ ਜਿਹੜਾ ਆਪਾਂ ਗੱਲ ਕਰਾਂ ਫੀਡ ਦੀ ਲੋਡ ਉਹ ਉਹ ਦਰਖਤ ਦੀ ਪੱਤੀਆਂ ਵੀ ਖਾ ਲੈਂਦੀਆਂ, ਚਾਰਾ ਵੀ ਖਾ ਲੈਂਦੀਆਂ, ਫੀਡ ਵੀ ਖਾ ਲੈਂਦੀ ਹੈ। ਤਾਂ ਆਪਾਂ ਵੱਖ-ਵੱਖ ਤਰੀਕੇ ਦੇ ਉਹਨਾਂ ਨੂੰ ਫੀਡ ਦੇ ਸਕਦੇ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਪਸ਼ੂ ਪਾਲਨ ਦੀ ਪਸ਼ੂ ਪਾਲਨ ਕਰਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਲਗਭਗ 60 ਤੋਂ 70% ਖਰਚਾ ਫੀਡ ਉੱਤੇ ਆਂਦਾ ਹੈ। ਤੋਂ ਬੱਕਰੀ ਜਦੋਂ ਵੀ ਆਪਾਂ ਪਾਲਦੇ ਆ ਤਾਂ ਉਸਮੈਂ ਸਾਡਾ ਮੁਨਾਫਾ ਵੱ ਇਸ ਲਈ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੀ ਜਿਹੜੀ ਫੀਡ ਦੀ ਵੈਰਾਈਟੀ ਉਹ ਬਹੁਤ ਜ਼ਿਆਦਾ ਤਰੀਕੇ ਦੇ ਫੀਡ ਖਾ ਲੈਂਦੀ ਹੈ ਜਿਹੜੇ ਔਰ ਡੰਗਣ ਨਹੀਂ ਖਾ ਪਾਉਂਦੇ ਆ। ਤੋਂ ਇਸ ਕਰਕੇ ਆਪਾਂ ਫੀਡ ਉੱਤੇ ਬਚਤ ਕਰ ਸਕਦੇ ਆ ਔਰ ਇਹ ਜਿਹੜੀ ਸਾਡੀ ਬਚਤ ਹੈ ਉਹ ਸਾਡੇ ਮੁਨਾਫੇ ਵਿੱਚ ਐਡ ਹੋ ਜਾਂਦੀ ਹੈ। ਜੀ ਜੀ ਆਪਾਂ ਗੱਲ ਕਰਾਂ ਸੂਰ ਪਾਲਨ ਦੀ ਤਾਂ ਸੂਰ ਪਾਲਨ ਦਾ ਕੰਮ ਵੀ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ ਇਸ ਨੂੰ ਆਪਾਂ ਜਿਹੜਾ ਸੂਰ ਹੈ ਇੱਕ ਤਾਂ ਸਭ ਤੋਂ ਵਧੀਆ ਗੱਲ ਹੈ ਕਿ ਸੂਰ ਦੀ ਗ੍ਰੋਥ ਰੇਟ ਬਹੁਤ ਜ਼ਿਆਦਾ ਹੁੰਦੀ ਹੈ ਇਸ ਦਾ ਬਾਦਾ ਬਹੁਤ ਜਲਦੀ ਹੋ ਜਾਂਦਾ ਛੇਤੀ ਹੋ ਜਾਂਦਾ ਹੈ ਲਗਭਗ ਇੱਕ ਸੂਰੀ ਹੈ 8 ਸੇ 9 ਮਹੀਨੇ ਵਿੱਚ ਮੈਚure ਹੋ ਜਾਂਦੀ ਹੈ ਆਪਾਂ ਇਸ ਕੋ ਨਵੇਂ ਦੂਤ ਕਰਾ ਸਕਦੇ ਹਾਂ ਆਪਾਂ ਗੱਬਨ ਕਰਾ ਸਕਦੇ ਹਾਂ ਤੇ ਇਸ ਦਾ ਗਰਭਧਾਰਨ ਕਾਲ ਵੀ ਘੱਟ ਹੁੰਦਾ ਹੈ ਲਗਭਗ 114 ਦਿਨ 114 ਦਿਨ ਦੇ ਬਾਅਦ ਇਹ ਸੂਪ ਪੈਦੀ ਹੈ ਇੱਕ ਸੂਏ ਵਿੱਚ ਘਟੋ-ਘਟ 10 ਤੋਂ 12 ਬੱਚੇ ਮਿਲ ਜਾਂਦੇ ਹਨ ਇੱਕ ਜਾਨਵਰ ਕੋਕਟੇਲ ਹੈ ਉਹ ਵੀ ਕਾਫੀ ਮਹਿੰਗਾ ਵੇਚਦਾ ਆ ਉਹਦੀ ਵੀ ਫੀਡ ਕਾਫੀ ਮਹਿੰਗੀ ਆ ਉਹ ਵੀ 60-70 ਰੁਪਏ ਕਿਲੋ ਆ ਉਹ ਉਹਨੂੰ ਅਸੀਂ ਉਹਨਾਂ ਦੀ ਵੀ ਸੇਲ ਕਰਦੇ ਆ ਕੋਕਟੇਲ ਜਿਹੜਾ ਆ ਇੱਕ ਤਕਰੀਬਨ ਤੋਤੇ ਦੀ ਨਸਲ ਚੋਂ ਆ ਤੋਤੇ ਵਰਗਾ ਹੀ ਹੁੰਦਾ ਆ ਤੋਤੇ ਦੇ ਉੱਪਰ ਸਿਰ ਦੇ ਉੱਤੇ ਬੋਦੀ ਹੁੰਦੀ ਆ ਸਾਡੇ ਕੋਲ ਪੰਜ ਚਾਰ ਮੱਝਾਂ ਆ ਪੰਜ ਚਾਰ ਗਾਈਆਂ ਆ ਜਿਹੜਾ ਅਸੀਂ ਦੁੱਧ ਵੇਚਦੇ ਆ ਘਰ ਵਾਸਤੇ ਵੀ ਯੂਜ਼ ਕਰਦੇ ਆ ਮੱਝਾਂ ਦੀ ਖਰਾਕ ਅਸੀਂ ਖਾਲ ਪਾਉਨੇ ਆ ਘਰ ਦਾ ਪੇੜਾ ਤਿਆਰ ਕਰਦੇ ਆ ਇਤੋਂ ਬਿਨਾ ਇਹਨਾਂ ਨੂੰ ਹਰਾ ਚਾਰਾ ਅੱਜ ਕੱਲ ਸੀਜ਼ਨ ਹੈ ਜਿਸ ਦਿਨ ਜਿਵੇਂ ਕਿ ਬਾਜਰਾ ਚਰੀ ਆਦ ਪਾਉਨੇ ਆ ਇਹਨਾਂ ਨੂੰ ਅਸੀਂ ਪਸ਼ੂ ਜੋ ਰੱਖਿਆ ਖਾਲ ਪਾਉਨੇ ਆ ਬਡੇਮਿਆਂ ਦੀ ਖਾਲ ਪਾਉਨੇ ਆ ਬਡੇਮਿਆਂ ਦੀ ਖਾਲ ਦੇ ਨਾਲ ਦੁੱਧ ਵਧੀਆ ਬਣਦਾ ਆ ਔਰ ਦੇ ਨਾਈਜ਼ ਚਾਰਾ ਪਾਉਨੇ ਆ ਆਪਣਾ ਘਰ ਦਾ ਜਿਹਦੇ ਵਿੱਚ ਬਾਜਰਾ ਚਰੀ ਮੱਕੀ ਆਦ ਸਭ ਕੁਝ ਰਲਾ ਕੇ ਪਾਉਨੇ ਆ ਜੇ ਕੋਈ ਪੌਂਗਾ ਨੂੰ ਬਿਮਾਰੀ ਹੋਵੇ ਤੇ ਡਾਕਟਰ ਬੁਲਾ ਕੇ ਅਸੀਂ ਉਹਨਾਂ ਦੀ ਕੇਅਰ ਕਰਦੇ ਆ ਤੇ ਇਸ ਤੋਂ ਬਿਨਾ ਅਸੀਂ ਆਪਣੇ ਕੁੱਤੇ ਰੱਖਿਓ ਕੁੱਤੇ ਫੀਮੇਲ ਕੁੱਤੇ ਰੱਖਿਓ ਜਿਨ੍ਹਾਂ ਤੋਂ ਅਸੀਂ ਬੱਚੇ ਲੈ ਕੇ ਬੱਚਿਆਂ ਦੀ ਸੇਲ ਕਰਦੇ ਆ ਉਹ ਵੀ ਕਾਫੀ ਸਾਨੂੰ ਇਨਕਮ ਹੁੰਦੀ ਆ ਤੋ ਬਿਨਾ ਫੇਰ ਅਸੀਂ ਨੇ ਇੱਕ ਹਵੇਲੀ ਬਣਾਈ ਆ ਜਿਹਦੇ ਵਿੱਚ ਅਸੀਂ ਪੁਰਾਣਾ ਕਲਚਰ ਸਾਰਾ ਹੀ ਹਾਲ ਪਜਾਲੀ ਹਲਟ ਲਾਇਆ ਇੱਕ ਉਹਨਾਂ ਦੇ ਜੋ ਵੀ ਪੁਰਾਣਾ ਖੇਤੀ ਦਾ ਕਲਚਰ ਸੋ ਆਗਾ ਬਗੈਰਾ ਉਹ ਸ਼ੌਂਕ ਦੇ ਲਈ ਦੋ ਬੈਲ ਵੀ ਰੱਖਿਓ ਆ ਜਿਹੜਾ ਹਾਲਟ ਜੋਣ ਦੇ ਕੰਮ ਆਉਂਦੇ ਆ ਹਵੇਲੀ ਦੇ ਵਿੱਚ ਅਸੀਂ ਬਹੁਤ ਸਾਰੇ ਤਰ੍ਹਾਂ ਦੇ ਫਲ ਬੂਟੇ ਲਾਇਓ ਆ ਉਹ ਸਾਨੂੰ ਘਰ ਬੱਚਿਆਂ ਦੇ ਖਾਣ ਦੇ ਵੀ ਕੰਮ ਆਉਂਦੇ ਆ ਤੇ ਆਰਗੇਨਾਈਜ਼ ਆ ਜੇ ਨਾ ਨ ਬਿਮਾਰੀ ਘਟ ਲੱਗਦੀ ਆ ਅਸੀਂ ਆਪ ਖਾਨੇ ਆ ਹਵੇਲੀ ਦੇ ਵਿੱਚ ਕਈ ਤਰ੍ਹਾਂ ਦੇ ਮਕਾਨ ਪੁਰਾਣਾ ਕਲਚਰ ਬਣਾਇਆ ਪੁਰਾਣੇ ਮਕਾਨ ਮਿੱਟੀ ਦੇ ਮਕਾਨ ਬਣਾਏ ਹੋਆ ਇੱਥੇ ਵਿੱਚ ਚੱਕੀਆਂ ਸੰਦੂਕ ਚਿਰਖੇ ਆਦ ਬਗੈਰਾ ਸਭ ਕੁਝ ਰੱਖਿਆ ਆ ਸਭ ਕੁਝ ਇਸ ਤੋਂ ਅੱਗੇ ਵੀ ਬਧਾਵਾਂਗੇ ਕਿ ਮਾਡਰਨ ਕੁਝ ਥੋੜਾ ਜਿਹਾ ਮਾਡਰਨ ਬਣਾਇਆ ਕੁਝ ਹੋਰ ਵੀ ਮਾਡਰਨ ਬਣਾਵਾਂਗੇ ਅੱਗੇ ਬਣਾ ਰਹੇ ਆ ਕਿਉਂਕਿ ਹੁਣ ਆਮ ਜ਼ਿਆਦਾ ਕਰਸ ਮੋਡਰਨ ਦਾ ਜਵਾਨਾ ਚੱਲਦਾ ਆ ਹਵੇਲੀ ਦੇ ਵਿੱਚ ਸਾਡੇ ਕਿਨੂ ਦੇ ਬੂਟੇ ਲਾਇਓ ਆ ਇੱਕ ਪੂੜੇ ਪੇੜ ਕਸਟਲ ਦਾ ਆ ਅਮਰੂਦ ਹੈ ਜਿਹੜਾ ਕਿ ਕਟਲ ਤਾਂ ਬਹੁਤ ਹੀ ਮਹਿੰਗਾ ਫਾਲਿਆ ਇਹ ਸਬਜ਼ੀ ਦੇ ਕੰਮ ਆਉਂਦਾ ਆ ਇਹਦੇ ਵੀ ਅਸੀਂ ਜਦੋਂ ਇਹ ਤਿਆਰ ਹੁੰਦੇ ਤੇ ਇਹਨਾਂ ਨੂੰ ਵੇਚਦੇ ਆ ਇਹਨਾਂ ਤੋਂ ਸਬਜ਼ੀ ਬਣਦੀ ਆ ਲੋਕ ਸਬਜ਼ੀ ਲਈ ਲੈ ਜਾਂਦੇ ਆ ਇਹਦਾ ਕਾਫੀ ਪ੍ਰੋਫਿਟ ਹੁੰਦਾ ਆ ਸਾਨੂੰ ਹਵੇਲੀ ਦੇ ਵਿੱਚ ਅਸੀਂ ਇੱਕ ਖੂਹ ਬਣਾਇਆ ਜਿਹੜਾ ਖੂਹ ਤੇ ਕਾਫੀ ਸਾਡਾ ਖਰਚ ਆਇਆ ਪਹਿਲੀ ਬਾਤ ਤਾਂ ਸਾਨੂੰ ਇਹਦਾ ਜਿਹੜਾ ਖੂਤ ਇਹ ਬੈੱਡ ਬੋਲਦੇ ਉਹਨੂੰ ਜਿਹੜਾ ਲੋਹੇ ਦਾ ਬਣਿਆ ਆ ਉਹ ਮਿਲਣੀ ਸੀ ਰਿਆ ਬੜੀ ਮੁਸ਼ਕਲ ਨਾਲ ਅਸੀਂ ਇਹਨੂੰ ਲੱਭ ਕੇ ਲਿਆਂਦਾ ਇਹਦੇ ਵਿੱਚ ਇੱਕ ਅਸੀਂ ਗੱਡਾ ਆ ਗੱਡਾ ਹੀ ਇੱਕ ਰਾਜਸਥਾਨ ਤੋਂ ਮੰਗਾਇਆ ਜਿਹੜਾ ਉੱਥੋਂ ਸਾਨੂੰ 35000 ਦਾ ਮਿਲਿਆ ਸੀ ਤੇ 10000 ਰੁਪਿਆ ਦਾ ਕਿਰਾਇਆ ਲੱਗਾ ਇੱਕ ਗੱਡਾ ਸਾਡੇ ਕੋਲ ਜੋ 10 ਆਲਾ ਆ ਉਹ ਵੀ ਅਸੀਂ 40000 ਦਾ ਕਿਦੋਂ ਖਰੀਦ ਕੇ ਲਿਆਂਦਾ ਹਾਲ ਸੁਹਾਗੇ ਤਵੀਆਂ ਸੋ ਆ ਗੀ ਜੋ ਵੀ ਹੈ ਸਭ ਕੁਝ ਪੁਰਾਣਾ ਸਾਡੇ ਘਰੇ ਹੀ ਪਿਆ ਸੀਗਾ ਅਸੀਂ ਬੜੇ ਸੰਭ ਕੇ ਬਜ਼ੁਰਗਾਂ ਨੇ ਰੱਖਿਆ ਯਹੀਂ ਕੋਈ ਬਾਹਰੋਂ ਸਮਾਨ ਬਾਹਰੋਂ ਨਹੀਂ ਲਿਆਂਦਾ ਸਾਡਾ ਤਕਰੀਬਨ ਘਰ ਦਾ ਹੀ ਸਮਾਨ ਆ ਇਹ ਸਾਡਾ ਕੋਈ ਵਿਚਾਰ ਵੀ ਨਹੀਂ ਸੀ ਪਹਿਲਾਂ ਹਵੇਲੀ ਬਣਾਉਣ ਦਾ ਜਦੋਂ ਹਵੇਲੀ ਬਣਾਈ ਤਾਂ ਸਾਨੂੰ ਇਹ ਸਮਾਨ ਘਰ ਦਾ ਹੀ ਮਿਲ ਗਿਆ ਸਾਨੂੰ ਕਿਤੇੋਂ ਖਰੀਦ ਕੇ ਨਹੀਂ ਲਿਆਉਣਾ ਪਿਆ ਇਹੜੇ ਜਾਨਵਰਾਂ ਲਈ ਰੱਖਣ ਲਈ ਅਸੀਂ ਪਿੰਜਰੇ ਬਣਾਏ ਆ ਇਹ ਵੀ ਸਾਡਾ ਕਾਫੀ ਖਰਚ ਹੋਇਆ ਔਰ ਇਨ੍ਹਾਂ ਜਾਨਵਰਾਂ ਤੋਂ ਤਾਂ ਪ੍ਰੋਫਿਟ ਵੀ ਕਾਫੀ ਹੋ ਰਿਹਾ ਆ ਜਿਵੇਂ ਚਿੜੀਆਂ ਚਿੜੀਆਂ ਤਕਰੀਬਨ ਜੱਦੀਆਂ ਅਸੀਂ ਰੱਖੀਆਂ 1.5 ਤੋਂ 2 ਲੱਖ ਦੀਆਂ ਵੇਚ ਛਟੇ ਆ ਇੱਥੇ ਕੋਕਟੇਲ ਆ ਕੋਕਟੇਲ ਵੀ ਤਕਰੀਬਨ ਅਸੀਂ ਜਾਦੇ ਰੱਖੇ 40-50 ਹਜ਼ਾਰ ਦੇ ਵੇਚਿਆ ਕੋ ਇਹਨਾਂ ਦੇ ਅਸੀਂ ਖੁੱਡੇ ਵੀ ਬੜੇ ਵਧੀਆ ਬਣਾਇਓ ਆ ਹਰ ਜਾਨਵਰ ਲਈ ਬਖਰਾ ਵਖਰਾ ਗੱਡਾ ਬਣਾਇਆ ਉਹਨਾਂ ਦੀ ਕਾਫੀ ਸਹੂਲਤ ਉਹਨਾਂ ਨੂੰ ਜਾਨਵਰਾਂ ਨੂੰ ਮਿਲਦੀ ਆ ਫਿਰ ਸਾਫ ਸਫਾਈ ਕਰਨ ਲਈ ਇੱਕ ਬੰਦਾ ਰੱਖਿਆ ਆ ਇਹਦਾ ਦਾ ਸਾਡ ਨੂੰ ਕਾਫੀ ਸੰਭਾਲ ਕਰਨੀ ਪੈਂਦੀ ਆ ਕਿਉਂਕਿ ਜਾਨਵਰ ਇਦਾਂ ਦੇ ਇਹਨਾਂ ਨੂੰ ਬਿਮਾਰੀ ਲੱਗਣ ਦਾ ਡਰ ਰਹਿੰਦਾ ਆ ਹਰ ਵੇਲੇ ਸਫਾਈ ਰੋਜ਼ਾਨਾ ਕਰਨੀ ਪੈਂਦੀ ਆ ਬਾਕੀ ਜੋ ਖਰਗੋਸ਼ ਆ ਖਰਗੋਸ਼ਾਂ ਤੋਂ ਕਾਫੀ ਪ੍ਰੋਫਿਟ ਹੁੰਦਾ ਆ ਬਤਕਾਂ ਬਤਕਾਂ ਤੋਂ ਵੀ ਕਾਫੀ ਪ੍ਰੋਫਿਟ ਹੁੰਦਾ ਆ ਕਿਉਂਕਿ ਬਤਕਾਂ ਦੇ ਆਂਡੇ ਵੀ ਵਿਕ ਜਾਂਦੇ ਆ ਔਰ ਇਹਨਾਂ ਦੇ ਬੱਚੇ ਵੀ ਵੇਖ ਜਾਂਦੇ ਆ ਕਾਫੀ ਇਹਨਾਂ ਤੋਂ ਸਾਨੂੰ ਕਮਾਈ ਹੁੰਦੀ ਆ ਜਿੰਨੇ ਵੀ ਜਾਨਵਰ ਆ ਤਕਰੀਬ ਨਹੀਂ ਸਾਰਿਆਂ ਤੋਂ ਇਨਕਮ ਕਰਦੇ ਆ ਕੁੱਕੜ ਆ ਕੁੱਕੜ ਕੜਕਨਾਥ ਕੁੱਕੜ ਆ ਇਹਨਾਂ ਦੀ ਬਹੁਤ ਮਹਿੰਗਾ ਵਿਕਦਾ ਆ ਇਹਦਾ ਅੰਡਾ ਵੀ ਮਹਿੰਗਾ ਵਿਕਦਾ ਆ ਕੜਕਨਾਥ ਕੁੱਕੜ ਅਸੀਂ ਬੜੀ ਮੁਸ਼ਕਲ ਨਾਲ ਪਹਿਲਾਂ ਪੈਦਾ ਕੀਤੇ ਸੀ ਹੁਣ ਤੇ ਆਮ ਹੋ ਗਏ ਆ ਪਹਿਲਾਂ ਅਸੀਂ ਲੁਧਿਆਣੇ ਜੁਨੀਵਰਸਿਟੀ ਤੋਂ ਇੱਕ ਜੋੜਾ ਲਿਆਏ ਸੀ ਉਹ ਜੋੜੇ ਤੋਂ ਗਾਂ ਤੋਂ ਗਾਂ ਅਸੀਂ ਕਾਫੀ ਬਣਾ ਲੈ ਹੁਣ ਤੱਕ ਸਾਡੇ ਕੋਲ ਕਾਫੀ ਉੱਕੜਿਆ ਸੀ ਕਿ ਨਾ ਨੂੰ ਸੇਲ ਵੀ ਕਰ ਚੁੱਕੇ ਆ ਅਸੀਂ ਤਾਂ ਲੋਕਾਂ ਨੂੰ ਇਹ ਸੰਦੇਸ਼ ਦਿੰਨੇ ਆ ਕਿ ਖੇਤੀਬਾੜੀ ਵਿੱਚ ਇਸ ਟਾਈਮ ਕੋਈ ਜ਼ਿਆਦਾ ਲਾਭ ਨਹੀਂ ਖੇਤੀ ਦਾ ਧੰਦਾ ਜਿਹੜਾ ਬਹੁਤ ਮਹਿੰਗਾ ਧੰਦਾ ਹੋ ਗਿਆ ਆ ਇਹ ਸੋ ਪ੍ਰੋਫਿਟ ਨਹੀਂ ਬਹੁਤੀ ਹੁੰਦੀ ਅੱਲੇ ਅਸੀਂ ਕਹਿੰਨੇ ਆ ਕਿ ਨਾਲ ਸਹ ਕੋਈ ਨਾ ਕੋਈ ਇਨਕਮ ਲਈ ਸਹਕ ਧੰਦਾ ਚਾਹੀਦਾ ਆ ਇਸ ਕਰਕੇ ਕੋਈ ਨਾ ਕੋਈ ਨਾਲ ਜਿਵੇਂ ਜਾਨਵਰ ਪਾਲੋ ਹਵੇਲੀ ਵਗੈਰਾ ਬਣਾ ਲਓ ਜਿਸ ਦੇ ਨਾਲ ਲੋਕਾਂ ਨੂੰ ਇਨਕਮ ਹੋਊਗੀ ਇਸ ਦੇ ਨਾਲ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਪਾਂ ਜਿਹੜੀ ਬਰੀਡ ਦੀ ਵਰਤੋਂ ਕਰਦੇ ਹਾਂ ਜੋ ਨਸਲ ਦੀ ਵਰਤੋਂ ਕਰਦੇ ਹਾਂ ਉਹ ਇੱਕ ਚੰਗੀ ਨਸਲ ਹੋ ਜਿੱਦਾਂ ਦੀ ਲਾਰਜ ਵਾਈਡ ਯਾਕਸ਼ਰ ਦੀ ਨਸਲ ਬਹੁਤ ਵਧੀਆ ਕਿਸਮ ਦੀ ਨਸਲ ਹੈ ਇਸਮੇ ਮਦਰਿੰਗ ਅਵੇਲੇਬਿਲਟੀ ਮਾਤ੍ਰਤਵ ਜਿਹੜੀ ਆਪਾਂ ਬੋਲਦੇ ਹਾਂ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਵਧੀਆ ਤਰੀਕੇ ਨਾਲ ਆਪਣੇ ਬੱਚੇ ਨੂੰ ਪਾਲਦੀ ਹੈ ਬਦ ਸੇ ਬਦ ਬੱਚੇ ਦਿੰਦੀ ਹੈ ਲਗਭਗ 10 ਸੇ 12 ਬੱਚੇ ਇੱਕ ਸੂਏ ਵਿੱਚ ਮਿਲ ਜਾਂਦੇ ਹਨ ਔਰ ਸਾ ਵਿੱਚ ਦੋ ਵਾਰ ਸੂਪੈਂਦੀ ਹੈ ਤੋ 1 ਸਾਲ ਮੇ ਜਦੋਂ ਆਪਾਂ ਐਵਰੇਜ ਦੀ ਗੱਲ ਕਰਾਂ ਆਸਥ ਸਾਨੂੰ ਇੱਕ ਸੂਰੀ ਤੋਂ 20 ਬੱਚੇ ਬਿਲ ਜਾਂਦੇ ਆ ਔਰ ਇਨ ਬੱਚਿਆਂ ਨੂੰ ਆਪਾਂ 2 ਮਹੀਨੇ ਤੱਕ ਮਾਂ ਦੇ ਨਾਲ ਰੱਖਣਾ ਹੈ 2 ਮਹੀਨੇ ਬਾਅਦ ਇਹਨਾਂ ਨੂੰ ਮਾਂ ਸੇ ਅਲੱਗ ਕਰਕੇ ਲਗਭਗ ਜਦੋਂ ਬੱਚੇ ਦਾ weight 10 ਸੇ 15 ਕਿਲੋ ਦਾ ਹੋ ਜਾਂਦਾ ਹੈ ਤੋ ਆਪਾਂ ਇਹਨਾਂ ਨੂੰ ਮਾਰਕੀਟ ਵਿੱਚ ਵੇਚ ਵੀ ਸਕਦੇ ਆ ਜੇ ਜੀ ਆਪਾਂ ਬੱਚੇ ਨਹੀਂ ਵੇਚਣ ਚਾਹੁੰਦੇ ਆ ਆਪਾਂ ਸੂਰ ਨੂੰ ਬੜਾ ਕਰਨ ਚਾਹੁੰਦੇ ਆ ਮੀਟ ਵਾਸਤੇ ਆਪਾਂ ਬੜਾ ਕਰਨ ਚਾਹੁੰਦੇ ਆ ਤੋ ਲਗਭਗ ਇੱਕ ਸੂਰ ਲਗਭਗ 7 ਤੋਂ 8 ਮਹੀਨੇ ਮੈਂ ਜੇਦੀ ਆਪਾਂ ਚੰਗਾ ਉਸ ਨੂੰ ਫੀਡ ਦਿੰਦੇ ਹਾਂ ਤਾਂ ਕੁਇੰਟਲ ਦਾ ਹੋ ਜਾਂਦਾ ਹੈ ਔਰ ਇਹ ਕੁਇੰਟਲ 10 ਸੂਰ ਲਗਭਗ 15 ਤੋਂ 20000 ਰੁਪਏ ਦਾ ਚਲਾ ਜਾਂਦਾ ਹੈ ਤਾਂ ਇਸ ਤਰ੍ਹਾਂ ਸੇ ਇਹਦੀ ਮਾਰਕੀਟਿੰਗ ਵੀ ਬਹੁਤ ਸੌਖੀ ਹੈ ਤਾਂ ਇਸ ਤਰ੍ਹਾਂ ਸੇ ਤੁਸੀਂ ਸੂਰ ਪਾਲਣ ਦਾ ਕੰਮ ਵੀ ਕਰ ਸਕਦੇ ਹੋ ਜੋ ਆਜ ਕਲ ਬਹੁਤ ਮੁਨਾਫੇ ਵਾਲਾ ਕੰਮ ਹੁੰਦਾ ਹੈ ਵਹੀ ਪਿੱਛੇ ਮੈਂ ਗੱਲ ਕੀਤੀ ਸੀਗੀ ਜਿਹੜਾ ਆਪਾਂ ਕਿਸੇ ਵੀ ਪਸ਼ੂ ਪਾਲਣ ਵਿੱਚ ਖਰਚਾ ਜਿਹੜਾ ਸਭ ਤੋਂ ਜ਼ਿਆਦਾ ਹੁੰਦਾ ਹੈ ਉਹ ਫੀਡ ਉੱਤੇ ਹੁੰਦਾ ਹੈ ਤੋ ਸੂਰ ਵਿੱਚ ਆਪਾਂ ਇਹਨਾਂ ਨੂੰ ਕਿਚਨ ਵੈਸਟ ਵੀ ਪਾਲ ਸਕਦੇ ਹਾਂ ਜਿਹੜੇ ਹੋਟਲ ਜਾਂ ਕੋਈ ਮੈਸ ਸੇ ਆਪਾਂ ਕੋਈ ਵੀ ਕਿਚਨ ਵੈਸਟ ਕਲੈਕਟ ਕਰਕੇ ਇਹਨਾਂ ਨੂੰ ਉਹ ਉਬਾਲ ਕੇ ਚੰਗੀ ਤਰ੍ਹਾਂ ਉਬਾਲ ਕੇ ਕਿ ਉਸਮੈਂ ਕੁਝ ਵੀ ਗੰਦਗੀ ਜਾਂ ਫਿਰ ਕੋਈ ਵੀ ਇਨਫੈਕਸ਼ਨ ਵਗੈਰਾ ਹੋ ਉਹ ਸਾਰੀ ਚੀਜ਼ਾਂ ਖਤਮ ਹੋ ਜਾਏਗੀ ਉਹ ਆਪਾਂ ਸੂਰ ਨੂੰ ਪਾਉਂਦੇ ਹਾਂ ਤੋ ਸੂਰ ਦੀ ਗਰੋਥ ਜਿਹੜੀ ਵਾਦਾ ਹੈ ਉਹ ਆਪਾਂ ਕਿਚਨ ਵੈਸਟ ਤੋਂ ਉੱਤੇ ਵੀ ਲੈ ਸਕਦੇ ਹਾਂ ਇਸ ਤਰ੍ਹਾਂ ਸੇ ਆਪਾਂ ਆਪਾਂ ਜਿਹੜਾ ਵੀ ਆਪਾਂ ਫੀਡ ਦਿੰਦੇ ਆਂ ਉੱਥੇ ਆਪਾਂ ਬਚਤ ਕਰਕੇ ਇਹ ਜੜੀ ਬਚਤ ਹੈ ਉਹ ਮੁਨਾਫੇ ਵਿੱਚ ਜੋੜ ਸਕਦੇ ਆਂ ਚੌਥੀ ਗੱਲ ਆਪਾਂ ਇੱਥੇ ਕਰਦੇ ਆਂ ਮੁਰਗੀ ਪਾਲਨ ਦੀ ਮੁਰਗੀ ਪਾਲਨ ਦਾ ਧੰਦਾ ਵੀ ਇੱਕ ਆਪਾਂ ਬਹੁਤ ਵਧੀਆ ਕਿਸਮ ਦਾ ਬਹੁਤ ਵਧੀਆ ਧੰਦਾ ਹੈ ਇਹ ਆਪਾਂ ਆਪਣੇ ਪਿੰਡ ਉੱਤੇ ਵੀ ਕਰ ਸਕਦੇ ਆਂ ਮੁਰਗੀ ਪਾਲਨ ਦੀ ਜਦੋਂ ਗੱਲ ਕਰਦੇ ਆਂ ਤਾਂ ਮੁਰਗੀ ਪਾਲਨ ਆਪਾਂ ਦੋ ਤਰੀਕੇ से ਕਰਦੇ ਆਂ ਇੱਕ ਮੀਟ ਵਾਲੀ ਮੁਰਗੀ ਤੇ ਇੱਕ ਅੰਡੇ ਵਾਲੀ ਮੁਰਗੀ ਮੀਟ ਵਾਲੀ ਮੁਰਗੀ ਵਖਰੀ ਆਂਦੀ ਹੈ ਅੰਡੇ ਵਾਲੀ ਵਖਰੀ ਆਂਦੀ ਹੈ ਇਹ ਜਿਹੜੀ ਮੁਰਗੀਆਂ ਫਾਰਮੀ ਮੁਰਗੀਆਂ ਹੁੰਦੀਆਂ ਇਹਨਾਂ ਦਾ ਉਤਪਾਦਨ ਦੇਣ ਦੀ ਦਰ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਮੀਟ ਵਾਲੀ ਮੁਰਗੀ ਆਪਾਂ ਰੱਖਤੇ ਹਨ ਤਾਂ ਉਹ 35 ਦਿਨਾਂ ਵਿੱਚ ਲਗਭਗ 2 ਕਿਲੋ ਦੀ ਹੋ ਜਾਂਦੀ ਹੈ ਔਰ ਲਗਭਗ 3.5 ਤੋਂ 4 ਕਿਲੋ ਫੀਡ ਖਾਂਦੀ ਹੈ ਜਿਹੜੀ ਮੀਟ ਵਾਲੀ ਮੁਰਗੀ ਆ ਉਹ ਆਪਾਂ 1 ਤੋਂ 1.5 ਮਹੀਨੇ ਵਿੱਚ ਤਿਆਰ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹਾਂ ਵਹੀ ਆਪਾਂ ਗੱਲ ਕਰਾਂ अंडे देने देन वाली मुर्गी अंडे देने वाली मुर्गी लगभग 5 से 6 महीने में अंडा देना स्टार्ट करती है और लगभग 1 साल तक अंडे दे देती है अंडे देने वाली मुर्गी 1 साल विच लगभग 330 से 340 अंडे दे देती है और आपा जबो चंगी सांभाल करते हैं तो साडी बचत एक अंडे दे पीछे लगभग 75 से 80 पैसे दी हो जांदी है तो ये भी बहुत बढ़िया मुनाफे वाला काम है एक आपा देसी मुर्गियां दी भी बरतों कर सकदे हैं जेड़ा भी आपा ਉਹ ਕੁ ਹੁੰਦਾ ਹੈ ਉੱਥੇ ਆਪਾਂ ਲਗਭਗ 100 ਸੇ 200 ਮੁਰਗੀਆਂ ਬੜੇ ਆਰਾਮ ਤੋਂ ਰੱਖ ਸਕਦੇ ਆਂ ਮੁਰਗੀ ਆਪਣਾ ਦਾਣਾ ਚੁਗ ਚੁਗ ਲੈਂਦੀ ਹੈ ਨਾਲ ਉਸਕੋ ਥੋੜਾ ਜਿਹਾ ਦਾਣਾ ਆਪਾਂ ਰਾਤ ਵਿੱਚ ਰਾਤ ਨੂੰ ਜਦੋਂ ਆਪਾਂ ਜਿਹੜਾ ਵੀ ਆਪਾਂ ਸ਼ੈਲਟਰ ਦੇ ਰਹੇ ਆਂ ਖੁੱਡੇ ਵਿੱਚ ਆਪਾਂ ਰੱਖ ਰਹੇ ਆਂ ਮੁਰਗੀਆਂ ਨੂੰ ਉੱਥੋਂ ਉੱਥੇ ਆਪਾਂ ਮਾੜਾ ਜਿਹਾ 50 ਸੇ 60 ਗ੍ਰਾਮ ਆਪਾਂ ਦਾਣਾ ਦੇ ਸਕਦੇ ਆਂ ਤੋਂ ਇਸ ਤਰ੍ਹਾਂ ਸੇ ਬੈਕਯਾਰਡ ਫਾਰਮਿੰਗ ਬੈਕਯਾਰਡ ਪੋਲਟੀ ਫਾਰਮਿੰਗ ਬੋਲਤੇ ਆ ਇਸਨੂੰ ਤੋਂ ਇੱਥੇ ਵੀ ਤੁਸੀਂ ਮੁਰਗੀ ਨੂੰ ਪਾਲ ਸਕਦੇ ਆਂ 100 ਸੇ 200 ਮੁਰਗੀ ਬੜੇ ਆਰਾਮ ਨਾਲ ਤੁਸੀਂ ਪਾਲ ਸਕਦੇ ਹੋ ਔਰ ਇਨ ਮੁਰਗੀਆਂ ਸੇ ਆਪਾਂ ਅੰਡੇ ਤੇ ਮੀਟ ਲੈ ਸਕਦੇ ਹਾਂ ਜੋ ਤੋੜੇ ਪਿੰਡ ਲੇਵਲ ਪੈ ਪਿੰਡ ਪੱਤਰ ਪਈ ਬਿਕ ਬਿਕ ਸਕਦਾ ਹੈ ਔਰ ਤੁਹਾਨੂੰ ਕੋਈ ਹੋਰ ਵੇਚਣ ਦੀ ਲੋੜ ਨਹੀਂ ਹੁੰਦੀ ਆ ਤੁਸੀਂ ਮੁਨਾਫਾ ਬਹੁਤ ਵਧੀਆ ਤਰੀਕੇ ਨਾਲ ਕਮਾ ਸਕਦੇ ਹੋ ਇਹ ਜੋ ਹਵੇਲੀ ਬਣਾਈ ਹੋਈ ਆ ਇਹ ਬਿਲਕੁਲ ਪ੍ਰਾਤਨ ਜੋ ਸਾਡੀ ਹੈਗੀ ਆ ਭਵਨ ਨਿਰਮਾਨ ਕਲਾ ਉਹਦੇ ਹੀ ਅਧੀਨ ਇਹ ਬਣਾਈ ਗਈ ਆ ਇਹ ਸਾਰੀਆਂ ਇਹਨੂੰ ਅਸੀਂ ਆਰਚਾਂ ਲੱਗੀਆਂ ਹੋਈਆਂ ਨੇ ਜੋ ਕਿ ਪ੍ਰਾਤਨ ਸਮੇਂ ਦੇ ਵਿੱਚ ਬਿਲਕੁਲ ਲੈਂਟਰ ਜਾਂ ਕੋਈ ਸਰੀਏ ਵਗੈਰੇ ਦਾ ਇਸਤੇਮਾਲ ਨਹੀਂ ਹੁੰਦਾ ਸੀ ਉਸੇ ਤਰ੍ਹਾਂ ਹੀ ਸਾਰੀ ਹਵੇਲੀ ਵਿੱਚ ਜਿਹੜੀਆਂ ਅਰਚਾਂ ਲੱਗੀਆਂ ਨੇ ਉਹਨਾਂ ਤੇ ਕਿਤੇ ਵੀ ਕੋਈ ਵੀ ਸਰੀਆ ਵਗੈਰਾ ਦਾ ਇਸਤੇਮਾਲ ਜਾਂ ਬਜਰੀ ਦਾ ਇਸਤੇਮਾਲ ਨਹੀਂ ਹੋਇਆ ਹੈਗਾ ਬਿਲਕੁਲ ਪ੍ਰਾਤਨ ਤਰੀਕੇ ਦੇ ਨਾਲ ਇਹ ਜੋ ਕਿ ਅਸੀਂ ਇਹਦਾ ਨਿਰਮਾਣ ਕੀਤਾ ਆ ਔਰ ਇਹਦੇ ਵਿੱਚ ਬਹੁਤ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਆ ਪ੍ਰਾਤਨ ਤਰ੍ਹਾਂ ਦੇ ਹੀ ਦਰਵਾਜ਼ੇ ਨੇ ਪ੍ਰਾਤਨ ਹੀ ਬਾਰੀਆਂ ਨੇ ਜੋ ਕਿ ਪ੍ਰਾਤਨ ਤਰੀਕੇ ਦਾ ਹੀ ਬਣਾਇਆ ਹੋਇਆ ਆ ਇਹ ਜਿੰਨੇ ਵੀ ਸਾਡੇ ਕੋਲ ਜਾਨਵਰ ਨੇ ਪੰਛੀ ਨੇ ਇਹ ਸਾਰੇ ਹੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਨੇ ਕੋਈ ਇਸ ਦੇ ਵਿੱਚ ਅਨਲਿਗਨ ਜਿਹੜੇ ਅਸੀਂ ਨਹੀਂ ਰੱਖ ਸਕਦੇ ਜਾਨਵਰ ਜਿਨ੍ਹਾਂ ਨੂੰ ਅਸੀਂ ਕੈਦ ਕਰਕੇ ਰੱਖਦੇ ਆ ਉਹ ਕੋਈ ਵੀ ਇਹ ਜਾਨਵਰ ਨਹੀਂਗੇ ਇਹ ਸਾਰੇ ਹੀ ਜਿਹੜੇ ਜਾਨਵਰ ਆ ਇਹ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਨੇ ਔਰ ਮੁਰਗੀਆਂ ਦੇ ਖਾਸ ਕਰ ਜਿਹੜੀਆਂ ਨਸਲਾਂ ਸਾਡੇ ਕੋਲ ਕੜਕਨਾਥ ਨੇ ਤੇ ਜਾਕਰ ਹੋਰ ਦੇਸੀ ਨੇ ਉਹ ਸਾਰੀਆਂ ਦੇ ਜਿਹੜੇ ਅੰਡੇ ਨੇ ਉਹ ਅਸੀਂ ਅੱਗੇ ਸੇਲ ਕਰਦੇ ਆਂ ਮੁਰਗੀ ਪਾਲਣ ਵਿੱਚ ਆਪਾਂ ਗੱਲ ਕਰਾਂ ਦੂਜੇ ਪੰਛੀਆਂ ਦੀ ਤੋਂ ਇਸ ਵਿੱਚ ਬਤਖ ਪਾਲਣ ਬਟੇਰ ਪਾਲਣ ਤਿੱਤਰ ਪਾਲਣ ਚਕੋਰ ਪਾਲਣ ਇਹ ਸਾਰੇ ਆਪਾਂ ਰੱਖ ਸਕਦੇ ਆਂ ਜਿਹੜ ਸਜਾਵਟੀ ਪੰਛੀ ਹੁੰਦੇ ਆ ਉਹਨਾਂ ਦੀ ਸਜਾਵਟੀ ਚਿੜੀਆਂ ਹੁੰਦੀਆਂ ਉਹਨਾਂ ਦੀ ਵੀ ਵਰਤੋਂ ਆਪਾਂ ਕਰ ਸਕਦੇ ਹਾਂ ਜੇ ਜੇ ਆਪਾਂ ਬਤਖ ਪਾਲਦੇ ਹਾਂ ਤਾਂ ਬਤਖ ਵੀ ਆਜਕਲ ਉਹਨਾਂ ਦੀ ਵੀ ਨਸਲ ਬਹੁਤ ਵਧੀਆ-ਵਧੀਆ ਹੋ ਗਈ ਹੈ ਜੋ ਲਗਭਗ 250 ਤੋਂ 300 ਅੰਡੇ ਦੇ ਦਿੰਦੀ ਹੈ ਨਾਲ ਇਹਨਾਂ ਨੂੰ ਆਪਾਂ ਮੀਟ ਲਈ ਵੀ ਵਰਤੋਂ ਕਰ ਸਕਦੇ ਹਾਂ ਇਸੇ ਤਰ੍ਹਾਂ ਸੇ ਚਕੋਰ ਤੇ ਬਟੇਰ ਆਪਾਂ ਪਾਲ ਸਕਦੇ ਹਾਂ ਬਟੇਰ ਇੱਕ ਬਹੁਤ ਛੋਟਾ ਪੰਛੀ ਹੁੰਦਾ ਹੈ ਜੋ ਜਿਸ ਦਾ ਮੈਚੁਰ weight ਲਗਭਗ 250 ਗ੍ਰਾਮ ਦਾ ਹੁੰਦਾ ਹੈ ਤੋ ਇਹ ਵੀ ਬੜੀ ਛੇਤੀ ਇੱਕ ਤਰੀਕੇ ਦੀ ਫਸਲ ਹੈ ਜੋ ਬਹੁਤ ਛੇਤੀ ਤਿਆਰ ਹੋ ਜਾਂਦੀ ਹੈ ਇਸ ਕੋ ਤੁਸੀਂ ਮਾਰਕੀਟ ਮੈਂ ਨਿਕਾਲ ਸਕਦੇ ਹੋ 250 ਗ੍ਰਾਮ ਦਾ ਵਰਡ ਲਗਭਗ ਇੱਕ ਇੱਕ ਸੇ ਡੇਢ ਮਹੀਨੇ ਮੈਂ بڑا ਹੋ ਜਾਂਦਾ ਹੈ ਔਰ ਤੁਸੀਂ ਬੜੇ ਆਰਾਮ ਸੇ ਵੇਚ ਸਕਦੇ ਹੋ ਤੋ ਇਸ ਤਰ੍ਹਾਂ ਸੇ ਤੁਸੀਂ ਬਕ ਬਕ ਤਰੀਕੇ ਦੀ ਮੁਰਗੀਆਂ ਮੁਰਗੀ ਪਾਲਣ ਵਿੱਚ ਬਕ ਬਕ ਤਰੀਕੇ ਦੇ ਪੰਛੀਆਂ ਦੀ ਵਰਤੋਂ ਆਪਣੇ ਘੂਤੇ ਕਰ ਸਕਦੇ ਹੋ ਇਹਨ ਸਾਰੇ ਫਾਰਮਿੰਗ ਨੂੰ ਇਸ ਜਿਹੜਾ ਵੀ ਪਸ਼ੂ ਪਾਲਣ ਹੈ ਇਸ ਕੋ ਤੁਸੀਂ ਵਿਗਿਆਨਿਕ ਵਿਧੀ ਨਾਲ ਕਰਕੇ ਘੱਟ ਲਾਗਤ ਵਿੱਚ ਬਸੇ ਬਦ ਮੁਨਾਫਾ ਕਮਾ ਸਕਦੇ ਹੋ ਔਰ ਤੁਸੀਂ ਆਪਣੇ ਪਿੰਡ ਪੱਤਰ ਤੇ ਵੀ ਇਹ ਸਾਰੇ ਪਸ਼ੂ ਪਾਲਨ ਕਰ ਸਕਦੇ ਹੋ ਅਖੀਰ ਵਿੱਚ ਮੈਂ ਕਹਿ ਚਾਹਾਂਗਾ ਕਿ ਜਦੋਂ ਵੀ ਆਪਾਂ ਪਸ਼ੂ ਪਾਲਨ ਦਾ ਕੰਮ ਜਾਂ ਮੁਰਗੀ ਪਾਲਨ ਦਾ ਕੰਮ ਆਪਾਂ ਵਪਾਰਿਕ ਤੌਰ ਤੇ ਕਰਤੇ ਹਨ ਔਰ ਵਿਗਿਆਨਿਕ ਵਿਧੀ ਦੇ ਨਾਲ ਕਰਤੇ ਹਨ ਤਾਂ ਇਹ ਫਾਰਮਰ ਨੂੰ ਕਿਸਾਨ ਨੂੰ ਬਸੇ ਬਦ ਮੁਨਾਫਾ ਦੇਣ ਦੀ ਛਮਤਾ ਰੱਖਦਾ ਹੈ ਨਾਲ ਫਾਰਮਰ ਇਨ ਕਾਮ ਤੋਂ ਜੁੜ ਕੇ ਇੱਕ ਆਪਣਾ ਡੇਲੀ ਦਾ ਕੁਝ ਨਾ ਕੁਝ ਮੁਨਾਫਾ ਉਸ ਨੂੰ ਮਿਲ ਜਾਂਦਾ ਹੈ ਤਾਂ ਜਦੋਂ ਵੀ ਕੋਈ ਫਾਰਮਰ ਇਨ ਸਾਰੇ ਪਸ਼ੂ ਪਾਲਨ ਨੂੰ ਜਿਹੜਾ ਡੇਰੀ ਫਾਰਮਿੰਗ ਹੋ ਗਿਆ ਬੱਕਰੀ ਪਾਲਨ ਸੂਰ ਪਾਲਨ ਜਾਂ ਮੁਰਗੀ ਪਾਲਨ ਆਪਣੇ ਖੇਤ ਉੱਤੇ ਕਰਤਾ ਹੈ ਤਾਂ ਇੱਕ ਮੁਨਾਫੇ ਦਾ ਆਮਦਨੀ ਦਾ ਜਰੀਆ ਜੁੜਿਆ ਆਂਦਾ ਹੈ ਔਰ ਇੱਕ ਸਾਲ ਵਰ ਕੰਟੀਨਿਊਸ ਉਸ ਆਮਦਨੀ ਮਿਲਦੀ ਰਹਿੰਦੀ ਹੈ ਜਿਹੜੀਆਂ ਚਿੜੀਆਂ ਆ ਇਹਨਾਂ ਦਾ ਖਰਚ ਤਾਂ ਕਾਫੀ ਇਹਦੀ ਫੀਡ ਕਾਫੀ ਮਹਿੰਗੀ ਆ 60-70 ਰੁਪਏ ਕਿਲੋ ਅਸੀਂ ਜਲੰਧਰ ਤੋਂ ਲਿਆਉਨੇ ਆ ਬਾਕੀ ਜੋ ਜਿਹੜੇ ਜਾਨਵਰ ਆ ਇਹਨਾਂ ਨੂੰ ਤਾਂ ਜੋ ਕਣਕ ਝੋਨਾ ਮੱਕੀ ਵਗੈਰਾ ਘਰ ਦੀ ਹਿੰਦੀ ਉਹ ਪਾਈਦੀ ਆ ਖਰਗੋਸ਼ ਇਹਨਾਂ ਦਾ ਜਿਹੜਾ ਪਿੰਜਰਾ ਆ ਬਹੁਤ ਹੀ ਢੰਗ ਨਾਲ ਬਣਾਉਣਾ ਪੈਂਦਾ ਆ ਥੱਲੋਂ ਡੁੱਡਾਂ ਪੱਟ ਲੈਂਦੇ ਆ ਡੁੱਡਾਂ ਪੱਟਣ ਨਾਲ ਇਹਦੇ ਲਈ ਅਸੀਂ ਪਹਿਲਾਂ ਇੱਕ ਚਲਾ ਬਣਾ ਕੇ ਉਹਦੇ ਵਿੱਚ ਮਿੱਟੀ ਪਾ ਕੇ ਥੱਲੋਂ ਪੱਕਾ ਕੀਤਾ ਆ ਜਾਂ ਕਿ ਖਰਗੋਸ਼ ਬਾਹਰ ਨਾ ਜਾ ਸਕਣ ਇਹਨਾਂ ਦੀ ਫੀਡ ਦਾਣਾ ਵੀ ਖਾ ਲੈਂਦੇ ਆ ਕਾਨਕ ਜਿਵੇਂ ਮੱਕੀ ਬਾਕੀ ਹੋਰ ਖਰਾ ਚਾਰਾ ਘਾਸ ਬਾਕੀ ਡੇਕਾਂ ਵਗੈਰਾ ਦੇ ਪੱਤੇ ਵੀ ਖਾ ਲੈਂਦੇ ਆ ਹੋਰ ਇਹਨਾਂ ਨੂੰ ਬਿਮਾਰੀ ਵੀ ਤੋਂ ਵੀ ਬਚਾਉਣਾ ਪੈਂਦਾ ਇਹਨਾਂ ਲਈ ਦਵਾਈ ਵਗੈਰਾ ਅਸੀਂ ਖੁਦ ਆਪ ਕਰਦੇ ਆ ਬਾਕੀ ਜੇ ਨਾ ਆਪਤਾ ਹੋਵੇ ਡਾਕਟਰ ਦੀ ਵੀ ਸਲਾਹ ਲਈਦੀ ਆ ਬਾਕੀ ਇਹਨਾਂ ਦੀ ਸੇਲ ਕਾਫੀ ਇੱਕ ਸੀਜ਼ਨ ਦੇ ਵਿੱਚ ਤਕਰੀਬਨ ਜਿਹੜੀ ਮਾਦਾ ਖਰਗੋਸ਼ ਆ 40 30 30 40 ਬੱਚੇ ਦੇ ਦਿੰਦੀ ਆ ਸੀਜ਼ਨ ਦੇ ਵਿੱਚ ਉਹ ਫਿਰ ਜਦੋਂ ਪਲ ਜਾਂਦੇ ਅਸੀਂ ਉਹਨਾਂ ਦੀ ਸੇਲ ਕਰਦੇ ਆ ਸਾਡੇ ਕੋਲ ਕਾਫੀ ਦੂਰੋਂ ਦੂਰੋਂ ਲੈਣ ਆਉਂਦੇ ਆ ਜਿਵੇਂ ਕਿ ਸਾਡੇ ਨਕੋਦਰ ਇੱਕ ਸ਼ਾਪ ਆ ਅਸੀਂ ਉਹਨਾਂ ਨੂੰ ਇਕੱਠੇ ਵੀ ਚਕਾ ਦੇਦੇ ਆ ਇਹਨਾਂ ਦਾ ਤਕਰੀਬਨ 3-400 ਨੂੰ ਜੋੜਾ ਅਸੀਂ ਵੇਚਦੇ ਆ ਖਰਗੋਸ਼ਾਂ ਦੇ ਬੱਚੇ ਜਿਹੜੇ ਆ ਇਹ ਖੁੱਡ ਵਿੱਚ ਦਿੰਦੇ ਆ ਜਿਹੜਾ ਸਾ ਕੱਚਾ ਰੱਖਿਆ ਉਹਦੇ ਵਿੱਚ ਖੁੱਡ ਪੱਟ ਲਿੰਦੇ ਆ ਖੁੱਡ ਪੱਟ ਕੇ ਜਦੋਂ ਬੱਚੇ ਤਕਰੀਬਨ ਵੇਚਣ ਦੇ ਕਾਬਿਲ ਹੁੰਦੇ ਉਦੋਂ ਖੁੱਡ ਚੋਂ ਬਾਹਰ ਆਉਂਦੇ ਆ ਫਿਰ ਉਹਨਾਂ ਦੀ ਅਸੀਂ ਸੇਲ ਕਰਦੇ ਆ ਉਸ ਤੋਂ ਅੱਗੇ ਕੁੱਕੜ ਆ ਕੁੱਕੜ ਸਾਡੇ ਕੋਲ ਕਈ ਪ੍ਰਕਾਰ ਦੇ ਆ ਜਿਵੇਂ ਕਿ ਸਿਲਕੀ ਸੀਲ ਤੇ ਤੇਸੀ ਇਹਨਾਂ ਦੇ ਅਸੀਂ ਆਂਡੇ ਵੀ ਵੇਚਦੇ ਆ ਇਹਨਾਂ ਤਾਂ ਆਂਡਿਆਂ ਤੋਂ ਬਗੈਰ ਅਸੀਂ ਇਹਨਾਂ ਦੀ ਕੁੱਕੜਾਂ ਦੀ ਸੇਲ ਵੀ ਕਰਦੇ ਆ ਕੋਈ ਜਿਹੜਾ ਸਿਲਕ ਮੁਰਗਾ ਕਾਫੀ ਮਹਿੰਗਾ ਬਿਕ ਜਾਂਦਾ ਤਾਂ 6 6 7 7000 ਨੂੰ ਵੀ ਵੇਚਿਆ ਅਸੀਂ ਕਿਉਂਕਿ ਲੜਾਈ ਕਰਨ ਲਈ ਦਾ ਕਾਫੀ ਲੋਕਾਂ ਨੂੰ ਸ਼ੌਂਕ ਆ ਉਸ ਤੋਂ ਅੱਗੇ ਫਿਰ ਸਾਡੇ ਕੋਲ ਬਤਕਾਂ ਆ ਬਤਕਾਂ ਦੇ ਲਈ ਅਸੀਂ ਇੱਕ ਚਲਾ ਬਣਾਇਆ ਆ ਕਾਫੀ ਵੱਡਾ ਜਿਹਦੇ ਵਿੱਚ ਉਹਨਾਂ ਨੂੰ ਕਾਫੀ ਪਾਣੀ ਦੀ ਸਹੂਲਤ ਮਿਲਦੀ ਆ ਇਹਨਾਂ ਦੇ ਅੰਡੇ ਵੀ बिक ਜਾਂਦੇ ਆ ਇਹਨਾਂ ਦੇ ਗਾਂ ਬੱਚੇ ਬੱਚੇ ਵੀ ਸੇਲ ਹੁੰਦੇ ਆ ਇਹਨਾਂ ਦੀ ਤਕਰੀਬਨ 1000 ਰੁਪਏ ਨੂੰ ਜੋੜਾ ਵਿਕਦਾ ਆ ਇਸ ਤੋਂ ਅੱਗੇ ਸਾਡੇ ਕੋਲ ਘੋੜੇ ਆ ਘੋੜਿਆਂ ਦਾ ਅਸੀਂ ਬਿਜ਼ਨਸ ਵੀ ਕਰਦੇ ਆ ਘੋੜਿਆਂ ਦੀ ਅਸੀਂ ਇੱਕ ਘੋੜਾ ਅਸੀਂ ਕਰਾਸਿੰਗ ਕਰਾਉਣ ਲਈ ਸਾਂਹਨ ਵੀ ਰੱਖਿਆ ਆ ਜਿਹੜਾ ਕਿ ਸਾਡੇ ਕੋਲ ਦੂਰੋਂ ਦੂਰੋਂ ਘੋੜੀਆਂ ਕਰਾਸ ਕਰਾਉਣਾਂ ਦੀਆਂ ਜਿਹੜਾ ਘੋੜਿਆਂ ਦਾ ਸਭ ਤੋਂ ਮਹਿੰਗਾ ਤੰਦਾ ਆ ਇਹਦੇ ਵਿੱਚ ਇਹਨਾਂ ਦਾ ਜਾਣਾ ਵਗੈਰਾ ਬਹੁਤ ਮਹਿੰਗਾ ਹੈ ਇਸ ਟਾਈਮ 600 ਰੁਪਏ ਕਿਲੋਾ ਜੇ ਹਰ ਇੱਕ ਘੋੜੇ ਨੂੰ ਤਕਰੀਬਨ 2 ਕਿਲੋ ਰੋਜ ਪਾਉਣੇ ਪੈਂਦੇ ਆ ਇਹਨਾਂ ਦੀ ਅਸੀਂ ਵਪਾਰ ਵੀ ਕਰਦੇ ਆ ਵੇਚਦੇ ਵੀ ਆ ਤੇ ਖਰੀਦਦੇ ਵੀ ਆ